ਅੱਜ ਇਮਾਨ ਸਿੰਘ ਜੀ ਅੱਜ ਜੋ ਪ੍ਰੈਸ ਕਾਨਫਰੰਸ ਕਰ ਰਹੇ ਹੋ ਕਿਸ ਮਸਲੇ ਲਈ ਕਰਦੇ ਹੋ ਅੱਜ? ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੁਛ ਦਿਨ ਪਹਿਲਾਂ ਜਿਹੜੇ ਪ੍ਰਧਾਨ SGPC ਦੇ ਧਾਮੀ ਸਾਹਿਬ ਹੈਗੇ ਆ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਜਿਹਦੇ ਵਿੱਚ ਉਹਨਾਂ ਨੇ ਆਖਿਆ ਕਿ ਆਪਾਂ ਨੂੰ ਜਿਹੜੇ 328 ਸਰੂਪ ਹੈ ਉਹਨਾਂ ਦੇ ਨਾਲ ਦੋ ਸ਼ਬਦ ਨਹੀਂ ਵਰਤਣੇ ਚਾਹੀਦੇ, ਇੱਕ ਕਿ ਉਹ ਲਾਪਤਾ ਹਨ, ਦੂਜਾ ਕਿ ਬੇਅਦਬੀ ਹੋ ਰਹੀ ਹੈ। ਜਿੱਥੇ ਇਹ ਬਚਨ ਉਹਨਾਂ ਨੇ ਕੀਤੇ ਹੈ ਉਹਨਾਂ ਨੇ ਸਾਨੂੰ ਸਪਸ਼ਟ ਰੂਪ 'ਚ ਸਮਝਾਇਆ ਕਿਵੇਂ ਗੁਰੂ ਸਾਹਿਬ ਦੇ ਸਰੂਪ ਬਣਦੇ ਹੈਗੇ ਆ, ਕਿਵੇਂ ਚੈਕਿੰਗ ਹੁੰਦੀ ਹੈ, ਕਿਵੇਂ ਉਹਨਾਂ ਦੇ ਅੰਤ ਜਿੱਥੇ ਪਹੁੰਚਾਉਣੇ ਆ ਗੁਰੂ ਸਾਹਿਬ ਉੱਥੇ ਤੱਕ SGPC ਪੂਰਾ ਸੰਭਾਲ ਕਰਦੀ ਹੈਗੀ ਹੈ। ਫਿਰ ਸਾਨੂੰ ਕਹਿੰਦੇ ਹੈ ਕਿ ਇਹ ਸੰਭਾਲ ਸਾਡੀ ਬਹੁਤ ਵਧੀਆ ਹੈਗੀ ਹੈ, ਜਿਸ ਕਰਕੇ ਸਾਨੂੰ ਭਰੋਸਾ ਹੈ ਕਿ ਉਹ ਗੁਰੂ ਸਾਹਿਬ ਦੇ ਸਰੂਪ ਲਾਪਤਾ ਨਹੀਂ ਹਨ। ਜੇ ਫਿਰ ਅੱਗੇ ਗੱਲ ਵਧਾਉਂਦੇ ਹੈ ਕਹਿੰਦੇ ਹੈ ਕਿ ਦੋ ਮੁਲਾਜ਼ਮ, ਇੱਕ ਕਮਲਜੀਤ ਸਿੰਘ ਅਤੇ ਬਾਜ ਸਿੰਘ, ਜਿਨ੍ਹਾਂ ਦੀ ਡਿਊਟੀ ਸੀ ਕਿ ਮਹਾਰਾਜ ਦੇ ਸਰੂਪ ਜਿਹੜੇ ਬਣਾਏ ਗਏ ਹਨ ਉਹਨਾਂ ਦੇ ਰਜਿਸਟਰਾਂ 'ਤੇ ਚੜ੍ਹਾ ਕੇ ਕਿੱਥੇ ਪਹੁੰਚਾਉਣਾ ਹੈਗਾ, ਉਹ ਰਜਿਸਟਰ ਉਹ ਮੇਨਟੇਨ ਕਰਦੇ ਸੀਗੇ। ਉਹ 328 ਸਰੂਪ ਉਹਨਾਂ ਨੇ ਰਜਿਸਟਰ 'ਤੇ ਚੜ੍ਹਾ ਕੇ ਰਜਿਸਟਰ ਆਪਣੇ ਹਵਾਲੇ ਕੀਤਾ ਹੋਇਆ ਅਤੇ ਉਹਨਾਂ ਨੂੰ ਪਤਾ ਪਰ ਸਾਨੂੰ ਨਹੀਂ ਪਤਾ ਹੈਗਾ। ਹੁਣ ਦੋ ਗੱਲਾਂ ਸੱਚੀਆਂ ਨਹੀਂ ਹੋ ਸਕਦੀਆਂ। ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਲਾਪਤਾ ਨਹੀਂ ਹਨ, ਜੇ ਅਸੀਂ ਤੁਹਾਨੂੰ ਪੁੱਛੀਏ ਕਿ ਗੁਰੂ ਸਾਹਿਬ ਦੇ ਸਰੂਪ ਕਿੱਥੇ ਹੈ ਤੁਸੀਂ ਕਹਿੰਦੇ ਹੋ ਸਾਨੂੰ ਪਤਾ ਨਹੀਂ ਹੈਗਾ, ਕਮਲਜੀਤ ਸਿੰਘ ਰਜਿਸਟਰ ਲੈ ਗਿਆ। ਜੇ ਆਪਾਂ ਇਹ ਨਹੀਂ ਪਤਾ ਕਰ ਸਕਦੇ ਕਿ ਕਿੱਥੇ ਹੈ, ਫਿਰ ਸਾਡੀ ਅੱਖਾਂ 'ਚ SGPC ਨੇ ਗੁਰੂ ਸਾਹਿਬ ਦੇ ਸਰੂਪ ਲਾਪਤਾ ਕੀਤੇ ਹੈਗੇ ਹੈ, ਉਹਨਾਂ ਨੂੰ ਪਤਾ ਨਹੀਂ ਕਿੱਥੇ ਕਿਸ ਹਾਲਾਤ 'ਚ ਗੁਰੂ ਸਾਹਿਬ ਬੈਠੇ ਹਨ। ਜਿੱਥੇ ਲਾਪਤਾ ਹਨ ਗੁਰੂ ਸਾਹਿਬ, ਸਾਨੂੰ ਬਰਗਾੜੀ ਅਤੇ ਹੋਰ ਥਾਵਾਂ 'ਤੇ ਜਿਹੜੀ ਬੇਅਦਮੀਆਂ ਗੁਰੂ ਸਾਹਿਬ ਦੇ ਸਰੂਪ ਨਾਲ ਹੋਈਆਂ ਉਹ ਮਨ 'ਚ ਸ਼ੰਕਾ ਹੈ। ਸ਼ੰਕਾ ਕੀ ਹੈ ਕਿ ਜਿਹੜੇ ਸਰੂਪ 328 ਸਰੂਪ ਲਾਪਤਾ ਹਨ ਉਹ ਕਿਤੇ ਉਹਨਾਂ ਦੀ ਬੇਅਦਮੀ ਨਾ ਹੁੰਦੀ ਹੋਏ। ਇਹਦੇ ਬਾਰੇ ਵੀ ਉਹ ਕੋਈ ਸਾਨੂੰ ਮਨ ਨੂੰ ਕੋਈ ਚੀਜ਼ ਨਹੀਂ ਸਮਝਾ ਸਕਦੇ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਕਿ 328 ਸਰੂਪ ਹੈ ਕਿੱਥੇ। ਜਿੱਥੇ ਉਹ ਇਲਜ਼ਾਮ ਲਾਉਂਦੇ ਹੈ ਕਮਲਜੀਤ ਸਿੰਘ ਅਤੇ ਬਾਜ ਸਿੰਘ 'ਤੇ, ਅਸੀਂ ਵੀ ਕੇਸ ਇਹ ਮੁਲਾਜ਼ਮਾਂ ਦੇ ਉੱਤੇ ਕੀਤਾ, SGPC ਦੇ ਉੱਤੇ ਕੀਤਾ, ਸਿੱਖ ਜੁਡੀਸ਼ਲ ਕਮਿਸ਼ਨ 'ਚ, ਜਿਹਦੇ ਵਿੱਚ ਕਮਲਜੀਤ ਸਿੰਘ ਨੇ ਆਪਣੀ ਪੇਸ਼ੀ ਪਾਈ ਹੈ ਅਤੇ ਬਿਆਨ ਕੀਤਾ, ਕਹਿੰਦਾ ਕਿ ਮੈਂ ਇੱਕ ਛੋਟਾ ਮੁਲਾਜ਼ਮ ਹੈ, ਮੈਨੂੰ ਉੱਤੋਂ ਹੁਕਮ ਆਉਂਦਾ ਸੀਗਾ ਕਿ ਤੁਸੀਂ ਫਲਾਣੇ ਬੰਦੇ ਨੂੰ ਗੁਰੂ ਸਾਹਿਬ ਦੇ ਸਰੂਪ ਦੇ ਦਿਓ ਅਤੇ ਮੈਂ ਕਹਿੰਦਾ ਸੀ ਉਹਦਾ ਨਾਂ ਚੜ੍ਹਾਉਣਾ, ਉਹਨਾਂ ਤੋਂ ਪੈਸੇ ਲੈਣੇ ਹੈ। ਕਹਿੰਦੇ ਸਕੱਤਰ ਮੈਨੂੰ ਕਹਿੰਦੇ ਸੀ ਅਸੀਂ ਆਪ ਹੀ ਕਰ ਲਾਂਗੇ, ਤੂੰ ਬਸ ਸਰੂਪ ਦੇ ਦੇ, ਅਤੇ ਮੈਂ ਉੱਥੇ ਦੇਤੇ। ਫਿਰ ਇਹਨਾਂ ਨੇ ਮੈਨੂੰ ਇਕੱਠੇ ਹੋ ਕੇ ਕਿਹਾ ਕਿ ਤੂੰ ਇਹਦੀ ਜ਼ਿੰਮੇਵਾਰੀ ਲੈ ਲੈ, ਅਸੀਂ ਤੇਰੇ ਪੈਸੇ ਪੂਰੇ ਕਰ ਦਾਂਗੇ। ਇਹੋ ਜਿਹੇ ਬਿਆਨ ਉਸ ਸ਼ਖਸ ਨੇ ਕੀਤੇ ਹੈ ਜਿਸ ਦਾ ਮਤਲਬ ਇਹ ਹੈ ਕਿ ਇਹ ਜਿਹੜੀ ਕਰਤੂਤ ਹੋਈ ਹੈ ਇਹਦੇ ਵਿੱਚ ਉੱਤੇ ਤੱਕ ਮਿਲੀ ਭੁਗਤ ਸੀ। ਕਿਸ ਹੱਦ ਤੱਕ ਇਹ ਮਿਲੀ ਭੁਗਤ ਸੀਗੀ ਉਹਦਾ ਸਬੂਤ ਖੁਦ ਧਾਮੀ ਸਾਹਿਬ ਆਪਣੀ ਕਾਨਫਰੰਸ 'ਚ ਕਰਦੇ ਹੈ। ਕਹਿੰਦੇ ਹੈ ਕਿ ਅਸੀਂ ਇੱਕ ਕੇਸ ਜਿਹੜਾ ਆਡੀਟਰ ਹੈ ਸਤਿੰਦਰਪਾਲ ਸਿੰਘ ਕੋਹਲੀ ਉਹਦੇ ਉੱਤੇ ਪਾਇਆ ਹੈਗਾ। ਹੁਣ ਇਹ ਕੇਸ ਕੀ ਹੈ, ਤੁਸੀਂ ਈਸ਼ਰ ਸਿੰਘ ਦੀ ਰਿਪੋਰਟ ਦੇਖੋ, ਈਸ਼ਰ ਸਿੰਘ ਦੀ ਰਿਪੋਰਟ ਦੇ ਵਿੱਚ ਸਪਸ਼ਟ ਸਤਿੰਦਰਪਾਲ ਸਿੰਘ ਕੋਹਲੀ ਦਾ ਬਿਆਨ ਆਉਂਦਾ ਹੈ, ਕਹਿੰਦਾ ਹੈ ਕਿ ਮੈਂ ਕਦੀ ਵੀ ਆਡਿਟ ਨਹੀਂ ਕੀਤੇ। ਹੁਣ ਆਡਿਟ ਕਰਨ ਦੀ ਜ਼ਿੰਮੇਵਾਰ ਸਤਿੰਦਰਪਾਲ ਸਿੰਘ ਕੋਹਲੀ ਦੀ ਸੀ, ਉਹਨੂੰ 7 ਸਾਲਾਂ ਦੇ ਵਿੱਚ 10 ਕਰੋੜ ਰੁਪਈਆ SGPC ਨੇ ਆਡਿਟ ਦੀ ਫੀਸ ਭਰੀ ਹੋਈ ਹੈ। ਹੁਣ ਸਤਿੰਦਰਪਾਲ ਕੋਹਲੀ ਕੌਣ ਹੈ? ਸਤਿੰਦਰਪਾਲ ਕੋਹਲੀ ਉਹ ਸ਼ਖਸ ਹੈ ਜਿਹੜਾ PTC ਚੈਨਲ ਚਲਾਉਂਦਾ ਹੈ, ਜਿਹੜਾ ਔਰਬਿਟ ਬੱਸ ਚਲਾਉਂਦਾ ਹੈ, ਜਿਹੜਾ ਸੁਖਬੀਰ ਬਾਦਲ ਦਾ ਨਿੱਜੀ CA ਹੈ। ਇਸ ਸ਼ਖਸ ਨੇ ਗੁਰੂ ਘਰ ਦੇ ਪੈਸੇ ਖਾ ਕੇ ਆਪਣੀ ਜ਼ਿੰਮੇਵਾਰੀ ਇੱਕ ਨਹੀਂ ਕੀਤੀ, ਇਹਦੀ ਜ਼ਿੰਮੇਵਾਰੀ ਇਹਨੇ ਆਪਣਾ ਸਟੋਕ ਵੀ ਦੇਖਣਾ ਸੀ ਕਿ ਕਿੰਨਾ ਮਾਲ ਪਿਆ, ਅਤੇ ਇਹਨੇ ਰਜਿਸਟਰ ਵੀ ਚੈੱਕ ਕਰਨੇ ਸੀ। ਹੁਣ ਮੈਨੂੰ ਤੁਸੀਂ ਦੱਸੋ 5 ਸਾਲਾਂ ਦੇ ਵਿੱਚ ਇੱਕ ਛੋਟੇ ਪੱਧਰ ਦਾ ਮੁਲਾਜ਼ਮ ਜੇ ਲਗਾਤਾਰ ਚੋਰੀ ਕਰ ਰਿਹਾ, ਫਿਰ ਉਹਦੇ ਉੱਤੇ ਬੈਠੇ ਜਿਹੜੇ ਅਫਸਰ ਸੀ ਉਹਨਾਂ ਨੇ ਕੀ ਪੜਤਾਲ ਕੀਤੀ, ਕੀ ਦੇਖ ਰੇਖ ਕੀਤੀ, ਉਹਨਾਂ ਦਾ ਨਾਂ ਕਿਉਂ ਨਹੀਂ ਦਿੱਤਾ ਜਾਂਦਾ, ਉਹਨਾਂ ਦੇ ਉੱਤੇ ਪੜਤਾਲ ਕਿਉਂ ਨਹੀਂ ਕੀਤੀ ਜਾਂਦੀ, ਉਹਨਾਂ ਦੀ ਜ਼ਿੰਮੇਵਾਰੀ ਕਿਉਂ ਨਹੀਂ ਲਿੱਤੀ ਜਾਂਦੀ, ਜਿਹੜਾ ਆਡੀਟਰ ਹੈ ਉਹਨੇ ਕਿਉਂ ਨਹੀਂ ਇਹ ਚੀਜ਼ ਲੱਭ ਕੇ ਦਿੱਤੀ। ਇਹ ਸਾਰੀ ਆਪਸ 'ਚ ਮਿਲੀ ਭੁਗਤ ਹੈ। ਧਾਮੀ ਸਾਹਿਬ ਜਿਹੜੇ ਇਹਨਾਂ ਦੇ ਚਹੇਤੇ ਹੈ ਉਹਨਾਂ ਨੂੰ ਬਚਾਉਣ ਦੇ ਯਤਨ ਕਰ ਰਹੇ ਹੈ, ਉਹਨਾਂ ਦੀ ਪੜਤਾਲ ਨਹੀਂ ਕਰਦੇ।
एक क्रिमिनल केस है, पुलिस नूं इहदी इन्वेस्टिगेशन दो, देखो जे तुहाडे 328 सरूप ना मिलन, देखो जे उहदे उत्ते केस पैंदे पैंदे तुहाडे सिरे ताईं ना जाण। इहदे विच सिद्धा सुखबीर बादल भी इनवॉल्व होऊगा क्योंकि उहने कह के अपना ऑडिटर उस 'ते लाया होया हैगा। हरेक पक्षों ये साढ़े अखां 'च धूड़ पाउण दे यतन 'च है, इहनां दी गल सच्ची नहीं है, जिस करके असीं अज इत्थे ये बेनती करदे हैं कि तुसीं कौम दे अखां 'च धूड़ ना पाओ, सच दसो। दो शब्द ना कहो, पहली गल उन्होंने कहा कि लापता ना कहो, उन्होंने कहा कि एस जी पी सी जो प्रबंध है वह इन्ना तगड़ा है कि ये गलत कितने नहीं जा सकते हैं। दूजी गल कही है कि बेअदबी ना को, मैं पहली गल तो आना जे प्रधान नूं पता है कि कित्थे है फिर तो कह दे कि लापता नहीं है, जब उन्हें पूछीदा दसो कित्थे है कहिंदा कमलजीत को लिस्ट है वह लै गया है, यदा मतलब उन्हें पता नहीं। हुण जो चीज़ थानू पता नहीं उहदा दूजा शब्द की है, लापता है। जे लापता है फिर उन्हां दी हालात गुरु साहब दी की है, साडे कौम दा तजर्बा है कि अज गुरु साहब दे उत्ते हमले होंदे हैं, बरगाड़ी च होए हैं, होर थावां ते होए हैं, तो साडे मन च शंका है, फिर असी समझदे हैं कि बेअदबी ते तां नहीं। हुण जे थानू पता ही नहीं है कित्थे, फिर तुसी किवें सानू गरंटी दे सकदे हो कि बेअदबी नहीं हुई है? जे तां तुसी उहदी चेकिंग कर सकदे, देख सकदे, फिर तां असी मन लैंदे। तुसी मैनू हुण पुछ रहे हो कि तुहाडे कोल की सबूत है, जिहड़ियां गल्लां उह कह रहे हो उह सबूत है, वह तो सीधा थानू बुद्धू बना रहे हैं कि सानू पता नहीं पर लापता नहीं, ये की मतलब होया? इस की प्रूफ चाहिए? ਇਹਦੇ ਵਿੱਚ ਕਿਹੜੇ ਕਿਹੜੇ ਸ਼ਾਮਲ ਨੇ, ਤੁਹਾਨੂੰ ਲੱਗਦਾ ਕਿ ਕਿਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ? ਉਹਨਾਂ ਦੋ ਬੰਦਿਆਂ ਦਾ ਨਾਮ ਲੇਤਾ ਜੀ, ਕਿ ਇਹਨਾਂ ਦੇ ਬੰਦੇ ਨੇ ਹੇਰਾਫੇਰੀ ਕੀਤੀ ਹੈ, ਕਿੰਨੇ ਕਿੰਨਾ ਉਹਦੇ ਉੱਤੇ ਹੋਣੀ ਚਾਹੀਦੀ ਕਾਰਵਾਈ? ਇਹ ਤਾਂ ਜੀ ਹੁਣ ਤੁਸੀਂ ਦੇਖੋ ਬਰਗਾੜੀ ਦੇ ਵਿੱਚ ਜੇ ਜਿਨ੍ਹਾਂ ਨੇ ਗੋਲੀ ਚਲਾਈ ਹੈ ਉਹ ਗੋਲੀ ਦੇ ਉੱਤੇ ਤਾਂ ਰਫਲਿੰਗ ਉਹਦੀ ਖਤਮ ਕਰਤੀ, ਇਹ ਨਹੀਂ ਟਰੇਸ ਹੋ ਸਕਦਾ ਕਿੱਥੇ ਹੋਣੀ ਹੈ, ਪਰ ਜੇ ਉਹ ਗੋਲੀ ਦੀ ਟਰੇਸ ਹੋ ਜਾਂਦੀ ਤਾਂ ਉਹ ਛੋਟੇ ਮੁਲਾਜ਼ਮ ਨੂੰ ਤੁਸੀਂ ਫੜ ਲੈਂਦੇ ਕਿ ਇਹਨਾਂ ਨੇ ਗੋਲੀ ਚਲਾਈ ਹੈ, ਫਿਰ ਆਰਡਰ ਕਿਹਨੇ ਦਿੱਤਾ? ਆਰਡਰ ਕਿਹਨੇ ਦਿੱਤਾ? ਜੇ ਆਰਡਰ ਦਿੱਤਾ ਤਾਂ ਉੱਤੇ ਤਾਂ ਹੀ ਸਮੇਤ ਸੈਣੀ ਅਤੇ ਉਮਰਾ ਨੰਗਲ ਦੇ ਉੱਤੇ ਉਂਗਲ ਚੱਕੀ ਜਾਂਦੀ ਹੈ, ਤਾਂ ਹੀ ਸੁਖਬੀਰ ਬਾਦਲ ਬਤੌਰ ਹੋਮ ਮਿਨਿਸਟਰ ਇਸ 'ਚ ਫਸਦਾ, ਤਾਂ ਹੀ ਪ੍ਰਕਾਸ਼ ਸਿੰਘ ਜੀ ਬਾਦਲ ਇਸ 'ਚ ਫਸਦੇ ਹੈਗੇ ਹੈ। ਇਹ ਜਿਹੜੇ ਮੁਲਾਜ਼ਮ ਹੈ ਇਹਨਾਂ ਨੇ ਇਕੱਲੇ ਕਿਵੇਂ ਕਰ ਲਿਆ? 5 ਸਾਲ ਲਗਾਤਾਰ ਗੁਰੂ ਸਾਹਿਬ ਦੀ ਚੋਰੀ ਹੋਏ ਅਤੇ ਉੱਤੇ ਪਤਾ ਹੀ ਨਹੀਂ ਲੱਗੂਗਾ? ਆਡੀਟਰ ਦਾ ਕੀ ਕੰਮ ਸੀਗਾ? ਆਡੀਟਰ ਨੇ ਇਹ ਸਾਰੀ ਚੈਕਿੰਗ ਕਰਨੀ ਸੀ, ਇਹ ਸਾਰਾ ਇਹ ਪੋਚਾ ਮਾਰ ਕੇ ਇਹਨੂੰ ਸਾਫ਼ ਕਰਨ ਦੇ ਯਤਨ 'ਚ ਹੈ, ਪਰ ਇਹਦੇ ਵਿੱਚ ਸਿਰੇ ਤੱਕ ਗੱਲ ਜਾਂਦੀ ਹੈ। ਮਾਨ ਸਾਹਿਬ ਪਿਛਲੇ ਦਿਨ ਧਾਮੀ ਸਾਹਿਬ ਆਏ ਸੀ ਅਤੇ ਸਟੇਜ 'ਤੇ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਜਿਹੜੀ ਐਚ ਪੀ ਸੀ ਸਾਈਡ ਦੇ ਉੱਤੇ ਪਾ ਦਿੱਤੀ ਹੈ ਸਾਰੀ, ਜੋ ਵੀ ਤੁਸੀਂ ਕਹਿ ਰਹੇ ਹੋ ਲਾਪਤਾ 328 ਸਰੂਪ ਨੇ, ਪਰ ਹੁਣ ਜਿਹੜੀ ਉਹਨਾਂ ਕਾਨਫਰੰਸ ਵੀ ਕੀਤੀ ਹੈ, ਪਰ ਅਗਰ ਤੁਸੀਂ ਕੋਈ ਤਾਲਮੇਲ ਕਮੇਟੀ ਬਣਾ ਕੇ ਜਾਂ ਇਹਨਾਂ ਦੇ ਮੈਂਬਰ ਲੈ ਕੇ ਮੋਰਚੇ ਦੇ, ਤੁਸੀਂ ਗੱਲਬਾਤ ਕਰ ਲਓ ਉਹਨਾਂ ਨਾਲ ਬੈਠ ਕੇ ਜਿਹੜਾ ਮਸਲਾ ਹੱਲ ਹੋ ਜੇ। ਸਰ ਸਾਹਿਬ, ਅਸੀਂ ਸਭ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਅਤੇ ਸਾਰੇ ਪਾਰਟੀਆਂ ਨੂੰ ਇਕੱਠਾ ਕੀਤਾ ਸੀ, ਉਸ ਤੋਂ ਉਪਰੰਤ ਅਸੀਂ ਇਹਨਾਂ ਦੇ ਦਫ਼ਤਰ ਜਾ ਕੇ ਕਿਹਾ ਕਿ ਸਾਨੂੰ ਦੱਸੋ ਕੀ ਹੋਇਆ। ਈਸ਼ਰ ਸਿੰਘ ਦੀ ਰਿਪੋਰਟ ਤਹਿਤ ਇਹਨਾਂ ਨੂੰ ਸਵਾਲ ਪੁੱਛੇ ਸੀਗੇ, ਇਹਨਾਂ ਨੇ ਉਦੋਂ ਨਹੀਂ ਸਾਡੀ ਗੱਲ ਸੁਣੀ। ਮੈਂ ਧਾਮੀ ਸਾਹਿਬ ਨੂੰ ਪਰਸਨਲੀ 3 ਵਾਰੀ ਫੋਨ ਕਰਕੇ ਕਿਹਾ ਕਿ ਜਿਹੜਾ ਐਸ ਜੀ ਪੀ ਸੀ ਨੇ ਮਤਾ ਪਾਇਆ ਕਿ ਸਤਿੰਦਰਪਾਲ ਸਿੰਘ ਕੋਹਲੀ ਤੋਂ ਪੈਸੇ ਵਾਪਸ ਲਿੱਤੇ ਜਾਣੇ ਚਾਹੀਦੇ ਆ, ਉਹ ਮਤਾ ਸਾਡੇ ਹਵਾਲੇ ਕਰ ਦਿਉ। ਇਹਨਾਂ ਨੇ ਦਿੱਤੇ ਨਹੀਂ ਮੈਨੂੰ, ਇਹ ਲੁਕੋਈ ਬੈਠੇ ਹੈ। ਉਹਦੇ ਬਾਅਦ ਅਸੀਂ 1 ਸਾਲ ਲੌਂਗੋਵਾਲ ਦੇ ਦਰਵਾਜ਼ੇ 'ਤੇ ਧਰਨਾ ਲਾਇਆ ਕਿ ਤੂੰ 328 ਸਰੂਪਾਂ ਦਾ ਜਵਾਬ ਦੇ। ਉਹਦੇ ਬਾਅਦ 1 ਸਾਲ ਬੀਬੀ ਜਗੀਰ ਕੌਰ ਦੇ ਧਰਨਾ ਲਈ ਬੈਠੇ ਹੈ, ਬਰਗਾੜੀ ਧਰਨਾ ਲਈ ਬੈਠੇ ਹੈ, ਇੱਥੇ ਆ ਕੇ ਅਸੀਂ ਬੋਲ ਰਹੇ ਹਾਂ। ਲਗਾਤਾਰ ਅਸੀਂ ਇਹਨਾਂ ਨਾਲ ਗੱਲਬਾਤ ਤਾਲਮੇਲ ਕਰਦੇ ਰਹੇ ਹਾਂ, ਪਰ ਇਹਨਾਂ ਨੇ 1 ਵਾਰੀ ਵੀ ਇਹਦੇ ਉੱਤੇ ਕੋਈ ਜਵਾਬ ਨਹੀਂ ਦਿੱਤਾ। ਉਹ ਤਾਂ ਇੱਥੇ ਜਦ ਆਏ, ਇੱਥੇ ਜਦ ਸਿੰਘਾਂ ਨੇ ਉਹਨਾਂ ਨੂੰ ਸਪਸ਼ਟ ਰੂਪ 'ਚ ਪੁੱਛਿਆ ਕਿ 328 ਸਰੂਪ ਕਿੱਥੇ ਹੈ, ਇੱਥੇ ਜਿਹੜੀ ਬੀਤੀ ਆ ਉਹਨਾਂ ਨਾਲ, ਉਹਦੇ ਬਾਅਦ ਇਹਨੇ ਮਜਬੂਰ ਹੋ ਕੇ ਇਹਨਾਂ ਨੇ ਜਵਾਬ ਦੇਣ ਦਾ ਯਤਨ ਕੀਤਾ ਪਰ ਸੱਚ ਨਹੀਂ ਦੱਸਿਆ। ਦੋ ਮੈਂਬਰ ਜਿਹੜਾ ਨਾਮ ਲੈ ਰਹੇ ਨੇ, ਅਗਰ ਉਹਨਾਂ ਨੂੰ ਜੇ ਮਤਲਬ ਕਾਰਵਾਈ ਦੇ ਵਿੱਚ ਪਾਇਆ ਜਾਂਦਾ ਹੈ, ਅਰੈਸਟ ਕਹਿੰਦਾ ਕਿ ਲੱਗਦਾ ਨਹੀਂ ਕਿ ਹੋਰ ਖਿਲਾਫ ਹੋਵੇ? ਵੀਰ ਜੀ, ਐਸ ਜੀ ਪੀ ਸੀ ਕਿਉਂ ਨਹੀਂ ਪਾ ਰਹੀ ਕ੍ਰਿਮੀਨਲ ਕੇਸ ਉਹਨਾਂ 'ਤੇ ਪਾਵੇ? ਇਸ ਕਰਕੇ ਨਹੀਂ ਪਾ ਰਹੀ ਕਿਉਂਕਿ ਜਦ ਪੁਲਿਸ ਦੀ ਇਨਵੈਸਟੀਗੇਸ਼ਨ ਸ਼ੁਰੂ ਹੋ ਗਈ,
फिर ईश्वर सिंह की इन्वेस्टिगेशन वर्गू या अकाल तख्त साहब की इन्वेस्टिगेशन वर्गू बाहरों सवाल उठन लग पैने हैं। इन्हों तो फिर लुकोई नहीं जाने, फिर उत्ते ही ट्रेस होंदा हैगा। जिनी देर इन्वेस्टिगेशन है ना दे हाथ से है, जिनी देर कुत्ती चोर नाल मिली हुई है उन्नी देर कोई ये गल निकलती नहीं हैगी। ये ताल कोई बैठे हैं मूँह तो कह देंगे कि यदि पड़ताल करती ये करता वो करता, पर एक छोटा मुलाजम पांच साल इदा किमें गुरु साहब गैब कर सकता है? उत्ते इन्ने अहदेदार बैठे है, सकत्र बैठे है, ऑडिटर बैठा है, उन्हें क्यों नहीं पड़ताल की? उन्हें क्यों नहीं फड़िया? तो इतने आके प्रेस कॉन्फ्रेंस कह के कह देना तुम लापता ना को, बेअदबी ना को। भाई साढ़े गुरु साहब हैं, सानू नहीं पता कितने, असं लापता ही कहोंगे। थोड़े घरों कोई मापे चक के लै जाए, वो चक के लै जाए तो तुम पुलिस तक तो इनफॉर्म करोगे कि लभ के दो, तुम क्यों नहीं जाते? क्योंकि सारे नू पता है कि थोड़े पोल खुलते हैं। असी तीन साल तो ये मगर लगे हुए हैं, ये मगर असी जुडिशल कमीशन च केस पाया होया, हरेक थां धरने रखी दे हैं, लौंगोवाल रखे है, बीबी जगीर कौर दे बेगोवाल रखिया सीगा, हुण असी 15 सितंबर नू हरिमंदर साहब तक उत्थे रखिया सीगा। असी तो लगातार करदे आए हैं, हुण इस मोर्चे च असी मंग कर रहे हैं, हरेक पक्षों असी इहदे मगर लगे हुए हैं।